भारतीय महिला क्रिकेट टीम की स्टार ऑल राउंडर हरलीन कौर दियोल इस समय साढ़े नाल ने, इन्हां नूं पंजाब सरकार वल्लों अज सन्मानित किया गया। हरलीन सब तो पहला तो मुबारक मैडल दे लई, दूजा अज सरकार दे वल्लों अज तुहानूं सन्मानित किया गया। थैंक यू जी, थैंक यू, बहुत वधिया लग्या सानूं सन्मानित करे अज। ते अच्छा, कॉमनवेल्थ दे विच सिल्वर मैडल तुसीं जित के आए हो, किन्नी कु खुशी है इस चीज़ की कि पहली बार टीम ने इस बार हिस्सा लिया सी टूरनामेंट दे विच, पहली बार ही मैडल आ गया। जी बिल्कुल, असी फर्स्ट साडा फर्स्ट एक्सपीरियंस सीगा कॉमनवेल्थ दा, सानू बहुत वधिया लग्गिया उत्थे जाके, मतलब उत्थे विलेज च जाके होर एथलीट्स नाल मिलके इंटरैक्शन करके सानू बहुत वधिया लग्गिया सारयां नाल। अच्छा, एक्सपीरियंस किदां दा सीगा, क्योंकि अलग तो जिवें बीसीसी दे अंडर टूरनामेंट हुंदे ने उच्च थोड़ा अलग हुंदा, इह च सारे एथलीट्स ने इकट्ठे रहना, इह थोड़ा जिहा एक्सपीरियंस किवें सी? हाँ जी, थोड़ा डिफरेंट सीगा बट बहुत वधिया सीगा, सारे प्लेयर्स नू मिले, गल्लां करियां कि किवें उह प्रिपेयर करदे आ, सिखण नू मिलिया, तां उह चीज़ां बहुत वधिया लग्गियां सानू। ਸਿੱਖਣ ਨੂੰ ਕੀ ਇਸ ਟੂਰਨਾਮੈਂਟ ਦੇ ਵਿੱਚ ਨਵਾਂ ਲੱਗਿਆ? ਤਾਂ ਜਿਵੇਂ ਬਾਕੀ ਪਲੇਅਰਸ ਦੱਸਦੇ ਆ ਕਿ ਉਹਨਾਂ ਦੀ ਟ੍ਰੇਨਿੰਗ ਕਿਵੇਂ ਰਹਿੰਦੀ ਹੈ, ਕੀ ਹੈ, ਤਾਂ ਸਾਨੂੰ ਉਸ ਚੀਜ਼ ਤੋਂ ਸਿੱਖਣ ਨੂੰ ਹੀ ਮਿਲਦਾ ਹੈ ਕਿ ਡਿਫਰੈਂਟ ਟਾਈਪ ਆਫ ਟ੍ਰੇਨਿੰਗ ਕਿਵੇਂ ਕਰੀ ਜਾ ਸਕਦੀ ਹੈ ਸਾਡੇ ਵਾਸਤੇ, ਹੋਰ ਕਿਵੇਂ ਬੈਨੀਫਿਟ ਹੋ ਸਕਦਾ। ਫਾਈਨਲ ਦੀ ਹਾਰ ਦਾ ਦੁੱਖ ਹੈ ਕਿ ਗੋਲਡ ਆਉਂਦਾ ਆਉਂਦਾ ਬਿਲਕੁਲ ਹੱਥ ਚੋਂ ਨਿਕਲ ਗਿਆ? ਜੀ ਬਿਲਕੁਲ, ਡੈਫੀਨੇਟਲੀ ਉਹ ਤਾਂ ਹੁੰਦਾ ਹੀ ਹੈ, ਬਟ ਇਹ ਹੈ ਵੀ ਅਸੀਂ ਫਾਈਟ ਕਰੀ ਐਂਡ ਤੱਕ, ਉਸ ਤੋਂ ਉੱਤੇ ਤਾਂ ਕੁਛ ਨਹੀਂ ਹੋ ਸਕਦਾ। ਜੀ ਪੰਜਾਬ ਸਰਕਾਰ ਨੇ ਅੱਜ ਸਨਮਾਨਿਤ ਕੀਤਾ, ਤੁਹਾਨੂੰ ਸੀਐਮ ਸਾਹਿਬ ਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ, ਕੀ ਥੋੜੀ ਉਸ ਤੋਂ ਬਾਅਦ ਗੱਲਬਾਤ ਹੋਈ ਹੈ, ਕੀ ਕੋਈ ਨੌਕਰੀ ਦੀ ਮੰਗ ਕੀਤੀ? ਨਹੀਂ, ਮਤਲਬ ਮੇਰਾ ਤਾਂ ਉਹਨਾਂ ਦੇ ਨਾਲ ਇਹੀ ਸੀਗਾ, ਅਸੀਂ ਤਾਂ ਉਹਨਾਂ ਨੂੰ ਥੈਂਕ ਯੂ ਵੀ ਕਰ ਰਹੇ ਸੀ, ਕਿੰਨਾ ਵਧੀਆ ਉਹਨਾਂ ਨੇ ਮਤਲਬ ਪ੍ਰੋਗਰਾਮ ਰੱਖਿਆ ਸੀ, ਸਾਰਾ ਕੁਛ ਹੈ, ਕਿੰਨਾ ਉਹਨਾਂ ਨੇ ਸਾਡੇ ਨਾਲ ਗੱਲਾਂ ਕਰੀਆਂ, ਮਤਲਬ ਮੇਨਲੀ ਅਸੀਂ ਮਤਲਬ ਪੋਲਿਸੀਜ਼ ਡਿਸਕਸ ਕਰ ਰਹੇ ਸੀਗੇ ਜੋ ਚਾਹੁੰਦੇ ਸੀਗੇ, ਤਾਂ ਤੁਸੀਂ ਸੁਣਿਆ ਹੀ ਸੀਗਾ ਜੋ ਉਹਨਾਂ ਨੇ ਕਿਹਾ, ਇੰਨੇ ਅਸੀਂ ਇਨਫਰਾਸਟ੍ਰਕਚਰ ਬਿਲਡ ਕਰਨਾ ਚਾਹੁੰਦੇ ਹਾਂ, ਤਾਂ ਮੈਨੂੰ ਉਹਨਾਂ ਦੀ ਵਿਜ਼ਨ ਬਹੁਤ ਕਲੀਅਰ ਲੱਗੀ, ਬਹੁਤ ਵਧੀਆ ਲੱਗਿਆ ਕਿ ਉਹ ਆਉਣ ਵਾਲੇ ਟਾਈਮ ਵਾਸਤੇ ਬਹੁਤ ਵਧੀਆ ਸਪੋਰਟਸ ਵਾਸਤੇ ਬਹੁਤ ਵਧੀਆ ਸੋਚ ਰਹੇ ਹਨ। ਤੁਸੀਂ ਹੁਣ ਪੰਜਾਬ ਦੇ ਜੇਕਰ ਗੱਲ ਕਰੀਏ ਤਾਂ ਕੀ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ ਕਿ ਕੁੜੀਆਂ ਵੀ ਅੱਗੇ ਆਉਣ, ਕਿਉਂਕਿ ਕੁੜੀਆਂ ਕ੍ਰਿਕਟ ਦੇ ਵਿੱਚ ਪੰਜਾਬ ਦੀਆਂ ਆਪਾਂ ਗੱਲ ਕਰੀਏ ਬਹੁਤ ਘੱਟ ਅੱਗੇ ਆ ਰਹੀਆਂ? ਨਹੀਂ ਨਹੀਂ, ਮਤਲਬ ਕੁੜੀਆਂ ਵੀ ਅੱਗੇ ਹੀ ਆ ਰਹੀਆਂ ਹੌਲੀ ਹੌਲੀ, ਤੁਸੀਂ ਹੁਣ ਸਾਨੂੰ ਦੇਖ ਰਹੇ ਹੋ, ਆਉਂਦੇ ਆਉਂਦੇ ਹੋਰ ਆਉਣਗੇ, ਆਉਣ ਵਾਲੇ ਟਾਈਮ 'ਚ ਵੀ ਸੀਗੇ ਸਾਰਾ ਕੁਛ, ਡੈਫੀਨੇਟਲੀ ਕੁੜੀਆਂ ਵੀ ਬਹੁਤ, ਆਉਣ ਵਾਲੇ ਟਾਈਮ 'ਚ ਬਹੁਤ ਨਾਮ ਹੋਏਗਾ, ਸਾਰਾ ਕੁਛ ਹੈ। ਅੱਛਾ, ਅਸੀਂ ਪਰਿਵਾਰ ਨਾਲ ਤਾਂ ਗੱਲਬਾਤ ਕਰਦੇ ਰਹਿੰਦੇ ਸੀ ਕਿ ਉਹਨਾਂ ਨੇ ਬਹੁਤ ਤੁਹਾਨੂੰ ਸਪੋਰਟ ਕੀਤੀ ਹੈ, ਤੁਸੀਂ ਫਸਟ ਟਾਈਮ ਕੈਮਰੇ 'ਤੇ ਅੱਜ ਬੋਲ ਰਹੇ ਹੋ, ਕੀ ਕਿਸ ਤਰ੍ਹਾਂ ਦੀ ਤੁਹਾਨੂੰ ਸਪੋਰਟ ਰਹੀ, ਕਿਵੇਂ ਤੁਸੀਂ ਅੱਗੇ ਵਧੇ? ਹਾਂਜੀ, ਜੇ ਤੁਹਾਡੇ ਪਰਿਵਾਰ ਤੁਹਾਨੂੰ ਸਪੋਰਟ ਕਰਦਾ ਉਸ ਤੋਂ ਅੱਗੇ ਤਾਂ ਕੁਛ ਨਹੀਂ ਹੁੰਦਾ, ਤੁਸੀਂ ਸਿਰਫ ਆਪਣੀ ਸਪੋਰਟਸ ਵੱਲ ਕੋਨਸਨਟ੍ਰੇਟ ਕਰ ਸਕਦੇ ਹੋ, ਅਤੇ ਮਤਲਬ ਮੇਰੇ ਮੋਮ ਡੈਡ ਦੋਨੋਂ ਬਹੁਤ ਸਪੋਰਟਿਵ ਰਹੇ ਆ ਮੈਨੂੰ ਸ਼ੁਰੂ ਤੋਂ ਲੈ ਕੇ, ਜਿਵੇਂ ਆਸੇ ਪਾਸੇ ਲੋਕ ਬਹੁਤ ਬੋਲਦੇ ਹੁੰਦੇ ਆ ਹੁਣ ਤਾਂ ਕੁੜੀ ਵੱਡੀ ਹੋ ਗਈ, ਅਤੇ ਬਹੁਤ ਲੋਕਾਂ ਦੀ ਸੋਚ ਹੁੰਦੀ ਸੀ ਇਸ ਚੀਜ਼ ਨੂੰ ਲੈ ਕੇ ਕਿ ਕ੍ਰਿਕਟ ਹੈ, ਖੇਡ ਹੈ, ਮਤਲਬ ਬਾਕੀ ਕੀ ਹੈ, ਅਤੇ ਮੈਨੂੰ ਉਸ ਚੀਜ਼ ਦਾ ਬਹੁਤ ਪ੍ਰਾਊਡ ਹੈ ਕਿ ਮਤਲਬ ਮੈਂ ਉਹਨਾਂ ਨੂੰ ਰੋਂਗ ਪ੍ਰੂਫ ਕਰਿਆ, ਅਤੇ ਮਤਲਬ ਪੇਰੈਂਟਸ ਦਾ ਸਪੋਰਟ ਹੋਣਾ ਬਹੁਤ ਜ਼ਰੂਰੀ ਹੁੰਦਾ। ਟੀਮ ਚ ਵਿੱਚ ਮਾਹੌਲ ਕਿਵੇਂ ਦਾ ਰਿਹਾ ਇਸ ਕੋਨਵੈਲਥ ਦੇ ਵਿੱਚ? ਬਹੁਤ ਤੁਸੀਂ ਵੀ ਹਾਸਾ ਮਜ਼ਾਕ ਦੀ ਅਸੀਂ ਵੀਡੀਓ ਤੁਹਾਡੀਆਂ ਅਕਸਰ ਖਿਡਾਰੀਆਂ ਦੇ ਨਾਲ ਦੇਖਦੇ ਰਹਿੰਦੇ ਹਾਂ, ਇਸ ਵਾਰ ਕਿਵੇਂ ਸੀਗਾ? ਨਹੀਂ, ਬਹੁਤ ਬਹੁਤ ਲਾਈਵਲੀ ਜਿਹਾ ਮਾਹੌਲ ਹੁੰਦਾ ਸਾਡੇ, ਅਸੀਂ ਜਿਵੇਂ ਮਤਲਬ ਕੈਪਟਨ 'ਤੇ ਬਹੁਤ ਡਿਪੈਂਡ ਹੁੰਦਾ, ਅਤੇ ਜਿਵੇਂ ਹਰਮਨ ਦੀ ਸੀਗੇ, ਅਤੇ ਉਹ ਹਮੇਸ਼ਾ ਉਹਨਾਂ ਦਾ ਮੋਟਿਵ ਹੁੰਦਾ ਕਿ ਸਾਰੇ ਬਿਲਕੁਲ ਰਿਲੈਕਸ ਰਹਿਣ, ਕਿਉਂਕਿ ਯੂਜਲੀ ਵੱਡੇ ਇਵੈਂਟਸ 'ਤੇ ਆ ਕੇ ਬਹੁਤ ਪ੍ਰੈਸ਼ਰਾਈਜ਼ ਸਿਚੁਏਸ਼ਨ ਹੋ ਜਾਂਦੀ ਹੈ, ਅਤੇ ਉਹ ਮੇਕ ਸ਼ੋਰ ਕਰਦੇ ਆ ਕਿ ਸਾਰੇ ਕਾਮ ਰਹਿਣ ਅਤੇ ਕੂਲ ਰਹਿਣ, ਅਤੇ ਹਾਂ ਮਾਹੌਲ ਤਾਂ ਬਹੁਤ ਵਧੀਆ ਸੀ। ਤੁਸੀਂ ਕੂਲ ਰਹਿੰਦੇ ਹੋ, ਤੁਸੀਂ ਵੈਸੇ ਅਕਸਰ ਮਜ਼ਾਕ 'ਤੇ ਵੀ ਦੇਖਿਆ ਕਿ ਹਰਮਨ ਨੂੰ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਸ਼ਾਂਤੀ ਰਹਿੰਦੇ। ਨਹੀਂ ਨਹੀਂ, ਮੇਰੀ ਤਾਂ ਬਹੁਤ ਆਦਤ ਹੈ ਮਜ਼ਾਕ ਕਰਨ ਦੀ। ਉਹੀ ਕਹਿ ਰਿਹਾ ਵੀ ਤੁਹਾਡੇ ਨਾਲ ਉਹਨਾਂ ਨਾਲ ਵੀ ਮਜ਼ਾਕ ਹੁੰਦਾ ਹੈ ਜਾਂ ਉਹ? ਉਹਨਾਂ ਨਾਲ ਵੀ ਬਹੁਤ ਮਜ਼ਾਕ ਹੁੰਦਾ ਹੈ। ਖਿੱਚਦੇ ਨਹੀਂ ਹੈਗੇ ਜਿਵੇਂ ਲੱਗਦਾ ਕਿ ਉਹ ਥੋੜਾ ਜਿਹਾ ਸ਼ਾਂਤ ਪਸੰਦ ਰਹਿਣ ਵਾਲੇ ਲੱਗਦੇ? ਨਹੀਂ ਨਹੀਂ ਨਹੀਂ, ਮਤਲਬ ਉਹਨਾਂ ਨੂੰ ਹਸਾਉਣ, ਮਤਲਬ ਉਹ ਵੀ ਬਹੁਤ ਹੱਸਦੇ ਆ, ਸਾਰਾ ਕੁਛ ਹੈ, ਸਾਰਿਆਂ ਨੂੰ ਖੁਸ਼ ਰੱਖਦੇ ਆ। ਤੁਹਾਡਾ ਟੀਮ ਦੇ ਵਿੱਚ ਇਸ ਸਮੇਂ ਬਾਕੀ ਅੱਗੇ ਆਉਣ ਵਾਲੀ ਪਲੈਨਿੰਗ ਕੀ ਹੈ, ਕੀ ਟੂਰਨਾਮੈਂਟ ਦੇ ਵਿੱਚ ਹੁਣ ਤਿਆਰੀ ਕਰਨੀ? ਸਾਡਾ ਜਿਵੇਂ ਹੁਣ ਇੰਗਲੈਂਡ ਟੂਰ ਹੈ, ਇਸ ਤੋਂ ਬਾਅਦ ਆਉਣ ਵਾਲੇ ਟਾਈਮ 'ਚ ਕਾਫੀ ਵੱਡੇ ਇਵੈਂਟਸ ਹੈਗੇ ਨੇ, ਵਰਲਡ ਕੱਪ ਵਗੈਰਾ ਹੈਗਾ ਨੈਕਸਟ ਈਅਰ, ਉਦੋਂ ਨੈਕਸਟ ਈਅਰ ਵੀ ਹੈ, ਤਾਂ ਅਸੀਂ ਸਾਰਾ ਉਹਨੂੰ ਪਾਰਟ ਲੈ ਕੇ ਹੀ ਸਾਰਾ ਕੁਛ ਉਹ ਕਰ ਰਹੇ ਹਾਂ। ਸਾਡੇ ਨਾਲ ਗੱਲ ਕਰਨ ਦੇ ਲਈ ਇਹ ਸਨ ਹਰਲੀਨ ਕੌਰ ਦਿਓਲ, ਜੋ ਕਿ ਮੋਹਾਲੀ ਦੇ ਰਹਿਣ ਵਾਲੇ ਨੇ, ਸਾਡੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ, ਅਤੇ ਖੁਸ਼ ਨੇ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ, ਅਤੇ ਤਿਆਰੀ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਕੱਪ ਜਿੱਤਣ ਦੀ ਕੋਸ਼ਿਸ਼ ਟੀਮ ਇੰਡੀਆ ਦੀ ਹੁਣ ਰਹਿਣ ਵਾਲੀ ਹੈ। ਕੈਮਰਾਮੈਨ ਮਿਹਰਬਾਨ ਸਿੰਘ ਦੇ ਨਾਲ ਹਰਪਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ।